ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਬੌਝੀ ਉਹਨਾਂ ਦਾ ਇੱਕ ਗੁਰਬਾਣੀ ਵਿਚਾਰ ਦਾ ਲੇਖ ਆਪ ਜੀ ਨੂੰ ਸਰਵਣ ਕਰਾ ਰਹੇ ਸੀ ਜਿਸ ਦਾ ਸਿਰਲੇਖ ਹੈ ਬੰਦਨ ਛੁਟਨ ਪਹਿਲੇ ਭਾਗ ਵਿੱਚ ਚਾਰ ਤਰ੍ਹਾਂ ਦੇ ਬੰਦਨਾਂ ਦਾ ਜ਼ਿਕਰ ਸੀ ਦੂਜੇ ਭਾਗ ਵਿੱਚ ਦੋ ਤਰ੍ਹਾਂ ਦੇ ਬੰਦਨਾਂ ਦਾ ਜ਼ਿਕਰ ਕੀਤਾ ਗਿਆ ਹੁਣ ਇਸੇ ਹਿੱਸੇ ਵਿੱਚ ਫਿਰ ਦੋ ਤਰ੍ਹਾਂ ਦੇ ਬੰਧਨ ਹਨ ਇੱਕ ਗਿਆਨ ਦੇ ਬੰਧਨ ਇੱਕ ਫੈਸ਼ਨ ਦੀ ਗੁਲਾਮੀ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਤਵਾਂ ਹੈ ਗਿਆਨ ਦੇ ਬੰਧਨ ਇਹ ਬੜੀ ਸੂਖਮ ਜ਼ੰਜੀਰ ਹੈ ਜਿਸ ਦੀ ਗਿਆਨੀਆਂ ਤੇ ਵਿਦਵਾਨਾਂ ਨੂੰ ਖੁਦ ਸੋਝੀ ਨਹੀਂ ਹੈ ਕਿਉਂਕਿ ਮਨ ਨੂੰ ਦਿਮਾਗੀ ਗਿਆਨ ਅਤੇ ਫਲਸਫੀ ਦੀ ਪਾਣ ਚੜੀ ਹੁੰਦੀ ਹੈ ਕਣੇ ਜੰਗਲ ਵਿੱਚ ਜਾਨਵਰਾਂ ਦੇ ਪੈਰਾਂ ਨਾਲ ਇਧਰ ਉਧਰ ਹਰ ਪਾਸੇ ਅਨੇਕਾਂ ਡੰਡੀਆਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਸੇਧ ਨਹੀਂ ਹੁੰਦੀ ਜੇ ਕੋਈ ਇਨਸਾਨ ਐਸੇ ਘਣੇ ਜੰਗਲ ਵਿੱਚ ਵੜ ਜਾਵੇ ਤਾਂ ਉਹ ਜੰਗਲ ਦੇ ਇਸ ਗੋਰਖ ਧੰਦੇ ਵਿੱਚ ਫਸ ਜਾਂਦਾ ਹੈ ਤੇ ਜੰਗਲ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ ਇਸੇ ਤਰ੍ਹਾਂ ਤੀਖਣ ਬੁੱਧੀ ਦੀਆਂ ਬਾਲ ਕੀ ਖਾਲ نکالਣ ਵਾਲੀਆਂ ਗੁੰਝਲਦਾਰ ਫਿਲਾਸਫੀਆਂ ਦੇ ਜੰਗਲ ਵਿੱਚ ਜੇ ਮਨ ਫਸ ਜਾਵੇ ਤਾਂ ਇਸ ਵਿੱਚੋਂ ਨਿਕਲਣਾ ਅਸੰਭਵ ਹੁੰਦਾ ਹੈ ਜੇ ਇੱਕ ਨੁਕਤਾ ਜਾਂ ਸ਼ੰਕਾ ਹੱਲ ਹੁੰਦਾ ਹੈ ਤਾਂ 10 ਹੋਰ ਸ਼ੰਕੇ ਖੜੇ ਹੋ ਜਾਂਦੇ ਹਨ ਇਸ ਦਾ ਕਾਰਨ ਇਹ ਹੈ ਕਿ ਗਿਆਨੀ ਜਾਂ ਫਿਲਾਸਫਰ ਹਰ ਇੱਕ ਨੁਕਤੇ ਨੂੰ ਆਪਣੀ ਤਿੱਖਣ ਬੁੱਧੀ ਨਾਲ ਪਰਖਦਾ ਤੋਲਦਾ ਤੇ ਸਟੇਕੜਦਾ ਹੈ ਅਸੀਂ ਬੁੱਧੀਮੰਦਲ ਵਾਲੇ ਕੀ ਕਿਉਂ ਤੇ ਕਿਵੇਂ ਵਟ ਵਾਈ ਐਂਡ ਹਾਊ ਦੀ ਖੋਜ ਵਿੱਚ ਇਤਨੇ ਖੁੱਬੇ ਹੋਏ ਹਾਂ ਕਿ ਮੁੱਢਲਾ ਅਸਲੀ ਨੁਕਤਾ ਲਾਂਬੇ ਰਹਿ ਜਾਂਦਾ ਹੈ ਜਾਂ ਭੁੱਲ ਜਾਂਦਾ ਹੈ ਇਹ ਸਾਰੀ ਤਰ੍ਹਾਂ ਗੁਣੀ ਬੁੱਧੀ ਮੰਡਲ ਦੀ ਖੇਲ ਹੈ ਜਿਸ ਵਿੱਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਤੇ ਅਸੀਂ ਆਪੋ ਆਪਣੀ ਸੀਮਤ ਬੁੱਧੀ ਦੇ ਗਿਆਨ ਜਾਂ ਫਿਲਾਸਫੀਆਂ ਵਿੱਚ ਕੈਦ ਹੋਏ ਰਹਿੰਦੇ ਜਦ ਤੱਕ ਗੁਰ ਪ੍ਰਸਾਦ ਦੁਆਰਾ ਸਾਥ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਅੰਤਰਾਤਮੇ ਅਨਭਵੀ ਗਿਆਨੀ ਉਪਜਦਾ ਤਦ ਤੱਕ ਅਸੀਂ ਆਪਣੇ ਸੀਮਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਦਨਾ ਵਿੱਚ ਹੀ ਵਿਚਰਦੇ ਰਹਾਂਗੇ ਤੇ ਆਤਮ ਮੰਡਲ ਦੇ ਅਨਭਵੀ ਚਲਕਾਰੇ ਰਸ ਰੰਗ ਪ੍ਰੇਮ ਸੁਪਨਾ ਤੋਂ ਵਾਂਝੇ ਰਹਾਂਗੇ ਹਾਂਜੀ ਜਦ ਤੱਕ ਗੁਰ ਪ੍ਰਸਾਦ ਦੁਆਰਾ ਸਾਤ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਅੰਤਰਾਤਮੇ ਅਨਭਵੀ ਗਿਆਨੀ ਉਪਜਦਾ ਤਦ ਤੱਕ ਅਸੀਂ ਆਪਣੇ ਸੀਮਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਦਨਾ ਵਿੱਚ ਹੀ ਵਿਚਰਦੇ ਰਹਾਂਗੇ ਤੇ ਆਤਮ ਮੰਡਲ ਦੇ ਅਨਭਵੀ ਚਲਕਾਰੇ ਰਸ ਰੰਗ ਪ੍ਰੇਮ ਸੁਪਨਾ ਤੋਂ ਵਾਂਝੇ ਰਹਾਂਗੇ ਜੇਤੀ ਸਿਆਨਪ ਕਰਮ ਹੋ ਕੀਏ ਤੇਤੇ ਬੰਦ ਪਰੇ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪੇ ਉਠਾਕਰ ਮੇਰੇ ਹੋਏ ਰਹੀ ਉਹ ਬਾਤ ਪੜ ਪੜ ਭੂਲੇ ਝੋਟਾ ਖਾਏ ਬਹੁਤ ਸਿਆਣ ਪਾਵੇ ਜਾਏ ਗਿਆਨ ਧਿਆਨ ਸਭ ਕੋਈ ਰਵੇ ਬਾਂਧਨ ਬਾਂਧਿਆ ਸਭ ਜਗ ਪਵੇ ਅਨਕ ਜਤਨ ਨਹੀਂ ਹੋਛਟਾਰਾ ਬਹੁਤ ਸਿਆਣਾ ਪਾਗਲ ਪਾਰਾ ਬਹੁਤ ਸਿਆਣ ਬਜਮਕਾ ਪਉ ਬਿਆਪੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇਨਾ ਦਿਮਾਗੀ ਗਿਆਨੀਆਂ ਲਈ ਬੜਾ ਸੋਹਣਾ ਕਟਾਖ ਵਰਤਿਆ ਹੈ ਬੈਠ ਵੇ ਗਿਆਨੀ ਬੁੱਧੀ ਮੰਡਲ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ ਇਸੇ ਤਰ੍ਹਾਂ ਇੱਕ ਥਾਂ ਹੋਰ ਬਹੁਤ ਸੋਹਣਾ ਵਿਚਾਰ ਪ੍ਰਗਟ ਕੀਤਾ ਹੈ ਕੀ ਹੋਇਆ ਤੇ ਕੀ ਕੂ ਹੋਇਆ ਖਫ ਖਫ ਮਰੇ ਸਿਆਣੇ ਤੂੰ ਕਿਉ ਪਵੇਂ ਉਸ ਰਾਹ ਜਿੰਦੇ ਜਿਸ ਰਾਹ ਪੂਰ ਮੋਹਾਣੇ ਭਟਕਣ ਛੱਡ ਲਟਕਲਾ ਇਕੋ ਖੀਵੀ ਹੋ ਸੁਖਮਾਣੀ ਹੋਸ਼ਾ ਨਾਲੋ ਮਸਤੀ ਚੰਗੀ ਰਖਦੀ ਸਦਾ ਟਿਕਾਣੇ ਅਠਵਾ ਹੈ ਫੈਸ਼ਨ ਦੀ ਗੁਲਾਮੀ ਕੁਦਰਤ ਅੰਦਰ ਨਮੀਨਤਾ ਦੀ ਸਹਿਜ ਚਾਲ ਹੈ ਇਸ ਚਾਲ ਅਨਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ ਜਿਸ ਸੰਸਾਰ ਜੀਵਾਂ ਨੂੰ ਆਪੋ ਆਪਣਾ ਜੀਵਨ ਢਾਲਣਾ ਪੈਂਦਾ ਹੈ ਪੁਰਾਣੇ ਜ਼ਮਾਨੇ ਵਿੱਚ ਨਵੀਨਤਾ ਤਾਤਵਾ ਫੈਸ਼ਨ ਦੀ ਚਾਲ ਬਹੁਤ ਮਦਮ ਹੁੰਦੀ ਸੀ ਤੇ ਪੁਰਾਣੇ ਫੈਸ਼ਨ ਨੂੰ ਤਿਆਗਣ ਅਤੇ ਨਵੇਂ ਫੈਸ਼ਨ ਨੂੰ ਅਪਣਾਉਣ ਦੀ ਚਾਲ ਮਠੀ ਆਉਂਦੀ ਸੀ ਇਸੇ ਤਰ੍ਹਾਂ ਪੁਰਾਣੇ ਫੈਸ਼ਨ ਦੇ ਕੱਪੜੇ ਆਦੀ ਹੰਡਾ ਕੇ ਨਵੇਂ ਫੈਸ਼ਨ ਦੇ ਕੱਪੜੇ ਸੀਤੇ ਜਾਂਦੇ ਸੀ ਪਰ ਅੱਜਕਲ ਇਨਸਾਨਾਂ ਦੀ ਜੀਵਨ ਚਾਲ ਬੜੀ ਤਿੱਖੀ ਹੋ ਗਈ ਹੈ ਤੇ ਨਾਲ ਹੀ ਸਾਡੇ ਫੈਸ਼ਨ ਵੀ ਛੇਤੀ ਛੇਤੀ ਬਦਲਦੇ ਰਹਿੰਦੇ ਹਨ ਪਿਛਲੇ ਫੈਸ਼ਨ ਦੇ ਕੱਪੜੇ ਹੰਡਾਉਣ ਦਾ ਚਾਹ ਜੇ ਪੂਰਾ ਵੀ ਨਹੀਂ ਹੁੰਦਾ ਕਿ ਹੋਰ ਨਿਤ ਨਵੇਂ ਫੈਸ਼ਨ ਚੱਲ ਪੈਂਦੇ ਹਨ ਇਸ ਤਰ੍ਹਾਂ ਸਾਨੂੰ ਪਿਛਲੇ ਫੈਸ਼ਨ ਦੇ ਕੱਪੜੇ ਬਿਨਾਂ ਹੰਡਾਏ ਤੋਂ ਹੀ ਤਿਆਗਣੇ ਪੈਂਦੇ ਹਨ ਫੈਸ਼ਨ ਦੀ ਬਦਲਵੀਂ ਚਾਲ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਸਾਡੇ ਦੇਖਦੇ ਦੇਖਦੇ ਜਨਾਨੀਆਂ ਦੀਆਂ ਕਮੀਜ਼ਾਂ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਸੀ ਇਹ ਉਸ ਸਮੇਂ ਦੀ ਗੱਲ ਹੈ ਸਾਡੇ ਦੇਖਦੇ ਦੇਖਦੇ ਜਨਾਨੀਆਂ ਦੀਆਂ ਕਮੀਜ਼ਾਂ ਗੋਡਿਆਂ ਤਾਈ ਲੰਮੀਆਂ ਹੁੰਦੀਆਂ ਸੀ ਫਿਰ ਸਹਜੇ ਸਹਜੇ ਲੰਮੀਆਂ ਹੁੰਦੀਆਂ ਗਈਆਂ ਤੇ ਗਿੱਟੀਆਂ ਤਾਈ ਪਹੁੰਚ ਗਈਆਂ ਕੁਚਿਰ ਮਗਰੋਂ ਇਹ ਕਮੀਜ਼ਾਂ ਉੱਪਰ ਚੜਦੀਆਂ ਚੜਦੀਆਂ ਗੋਡਿਆਂ ਤੱਕ ਫਿਰ ਆ ਗਈਆਂ ਇਸੀ ਤਰ੍ਹਾਂ ਆਦਮੀ ਦੀਆਂ ਪੈਂਟਾਂ ਪਹਿਲਾਂ ਬਹੁਤ ਤੰਗ ਹੁੰਦੀਆਂ ਸੀ ਤੇ ਚੋਕੜੀ ਮਾਰ ਕੇ ਬੈਠਣਾ ਵੀ ਔਖਾ ਹੁੰਦਾ ਸੀ ਫਿਰ ਇਹਨਾਂ ਪੈਂਟਾਂ ਦੇ ਫੈਸ਼ਨ ਬਦਲ ਗਏ ਤੇ ਪਹੁੰਚੇ 24 ਇੰਚ ਦੇ ਹੋ ਗਏ ਜਿਸ ਦੀ ਵਜ੍ਹਾ ਨਾਲ ਤੁਰਦਿਆਂ ਤੁਰਦਿਆਂ ਕਈ ਵਾਰ ਪਹੁੰਚਿਆਂ ਵਿੱਚ ਪੈਰ ਫਸ ਕੇ ਡਿੱਗ ਪੈਂਦੇ ਸੀ ਛੇਤੀ ਹੀ ਇਹਨਾਂ ਚੌੜੀਆਂ ਪੈਂਟਾਂ ਨੇ ਘੰਟੀ ਦੀ ਤਰ੍ਹਾਂ ਬੈਲ ਬਾਟਮ ਸ਼ਕਲ ਧਾਰ ਲਈ ਜੋ ਗੋਡੀਆਂ ਤੋਂ ਤੰਗ ਹੁੰਦੀ ਸੀ ਤੇ ਇਠੋਂ ਪਹੁੰਚੇ 24 ਇੰਚ ਤੋਂ ਵੀ ਵੱਧ ਹੁੰਦੇ ਸੀ ਅੱਜ ਕੱਲ ਇਹ ਪੈਂਟਾਂ ਪਹੁੰਚੀਆਂ ਤੋਂ ਤੰਗ ਤੇ ਉਤੋਂ ਖੁੱਲੀਆਂ ਹੋ ਗਈਆਂ ਹਨ ਪਹਿਲੀਆਂ ਸਾਡੀਆਂ ਪੱਗਾਂ ਇੱਕ ਪੰਨੇ ਦੀਆਂ ਚੌੜੀਆਂ ਹੁੰਦੀਆਂ ਸੀ ਹੁਣ ਨਵੇਂ ਫੈਸ਼ਨ ਅਨਸਾਰ ਦੋਹਰੇ ਪੰਨੇ ਦੀਆਂ ਚੌੜੀਆਂ ਪੱਗਾਂ ਦਾ ਰਿਵਾਜ ਹੈ ਇਹਨਾਂ ਫੈਸ਼ਨਾਂ ਦੇ ਛੇਤੀ ਛੇਤੀ ਬਦਲਣ ਨਾਲ ਸਾਡੀ ਬਿਆਨਤ ਮਾਇਆ ਧਿਆਨ ਵਕਤ ਤੇ ਸ਼ਕਤੀ ਇਸ ਫੈਸ਼ਨ ਪ੍ਰਸਤੀ अथवा ਫੈਸ਼ਨ ਦੀ غلامੀ ਵਿੱਚ ਅਜਾਈ ਜਾ ਰਹੀ ਹੈ ਕੱਪੜਿਆਂ ਦੇ ਫੈਸ਼ਨ ਤੋਂ ਇਲਾਵਾ ਸਾਡੇ ਹਾਰ ਸ਼ਿੰਗਾਰ ਮੇਕਅਪ ਦੇ ਫੈਸ਼ਨਾਂ ਵਿੱਚ ਬਹੁਤ ਛੇਤੀ ਤਬਦੀਲੀ ਹੋ ਰਹੀ ਹੈ ਬਿਅੰਦ ਕਿਸਮਾਂ ਦੇ ਪਾਊਡਰ ਕਰੀਮ ਰਾਂਗਾ ਦੀ ਹਾਰ ਸ਼ਿੰਗਾਰ ਦੇ ਸਾਧਨਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ ਇਸ ਹਾਰ ਸ਼ਿੰਗਾਰ ਦੇ ਫੈਸ਼ਨ ਨੂੰ ਅਸੀਂ ਬਹੁਤ ਵਧਾ ਲਿਆ ਹੈ ਜਿਸ ਕਾਰਨ ਸਾਡਾ ਬਹੁਤਾ ਧਿਆਨ ਵਕਤ ਅਤੇ ਮਾਇਆ ਜ਼ਾਇਆ ਹੋ ਰਹੀ ਹੈ ਅਸੀਂ ਸਾਦਾ ਜੀਵਨ ਤੇ ਉੱਚੇ ਵਿਚਾਰ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਉਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ ਮਾਨਸਿਕ ਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ ਹਾਂਜੀ ਅਸੀਂ ਸਾਦਾ ਜੀਵਨ ਤੇ ਉੱਚੇ ਵਿਚਾਰ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਉਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ, ਮਾਨਸਿਕ ਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ। ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਜਿੱਤ ਤੇ ਦੇ ਤਨ ਪੀੜੀ ਐ ਮਨ ਮੈਂ ਚਲੇ ਵਿਕਾਰ। ਚੋਆ ਚੰਦਨ ਅੰਗ ਚੜਾਵੋ ਪਾਟ ਪਟੰਬਰ ਪਹਿਰ ਅੰਡਾਵੋ। ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਿਆ ਪਹਿਰੋਂ ਕਿਆ ਓੜ ਦਿਖਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਇਸੇ ਤਰ੍ਹਾਂ ਸਾਡੇ ਖਾਣ ਪੀਣ ਵਿੱਚ ਵੀ ਫੈਸ਼ਨ ਆ ਵੜਿਆ ਹੈ ਸਾਦਾ ਸਵਛ ਸੁਖਦਾਈ ਸਿਹਤਿਆ ਭੋਜਨ ਦੀ ਬਜਾਏ ਅਸੀਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਲ ਭੁੰਨ ਕੇ ਕਿਸਮ ਕਿਸਮ ਦੇ ਚਟਪਟੇ ਮਸਾਲਿਆਂ ਨਾਲ ਲਿਸਦਾਰ ਬਣਾ ਕੇ ਉਹਨਾਂ ਦੇ ਕੁਦਰਤੀ ਲਾਭਦਾਇਕ ਅੰਸ਼ਾਂ ਨੂੰ ਜ਼ਾਇਆ ਕਰਕੇ ਆਪਣੀ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਨ ਮਿਸਾਲ ਦੇ ਤੌਰ ਤੇ ਪੂਰੀਆਂ ਕਚੋਰੀਆਂ ਪਕੌੜੇ ਪਰੌਂਠੇ ਅਚਾਰ ਮਰਬੇ ਕੇ ਮੀਠਾ ਆਦੀ अनेका किस्मਾਂ ਦੇ ਪਦਾਰਥ ਦੁਆਰਾ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਨ ਪੀਣ ਲਈ ਵੀ ਸਾਦਾ ਪਾਣੀ ਦੀ ਬਜਾਏ ਕਈ ਕਿਸਮ ਦੇ ਸ਼ਰਬਤ ਚਾਹ ਕਾਫੀ ਕੋਕਾ ਕੋਲਾ ਬੀਅਰ ਸ਼ਰਾਬ ਆਦਿ ਦੀਆਂ ਆਦਤਾਂ ਪਾਈਆਂ ਹੋਈਆਂ ਹਨ ਜੋ ਮਹਿੰਗੀਆਂ ਹੋਣ ਤੋਂ ਇਲਾਵਾ ਸਿਹਤ ਲਈ ਹਾਨੀਕਾਰਕ ਵੀ ਹਨ ਇਹਨਾਂ ਦੇ ਮੁਕਾਬਲੇ ਤੇ ਤਾਜ਼ੇ ਫਲਾਂ ਦਾ ਰਸ ਫਰੂਟ ਜੂਸ ਸਿਹਤ ਲਈ અત્યੰਤ ਲਾਭਦਾਇਕ ਹੈ ਇਸੇ ਤਰ੍ਹਾਂ ਰੱਬ ਦੀਆਂ ਅਨੇਕਾਂ ਦਾਤਾਂ ਵਿੱਚੋਂ ਤਾਜ਼ੇ ਫਲ ਅਤੇ ਸਬਜ਼ੀਆਂ ਵੀ ਸ੍ਰੇਸ਼ਠ ਬਖਸ਼ੇ ਸ਼ਾਂਜੋਸੀ ਅਤੇ ਅਲੀ ਬਹੁਤ ਗੁਣਕਾਰੀ ਤੇ ਲਾਭਦਾਇਕ ਹਨ ਇਹਨਾਂ ਲਾਭਦਾਇਕ ਫਲਾਂ ਨੂੰ ਅਸੀਂ ਦਵਾਈਆਂ ਪ੍ਰੀਜ਼ਰਵੇਟਿਵਸ ਪਾ ਕੇ ਡੱਬਿਆਂ ਜਾਂ ਬੋਤਲਾਂ ਵਿੱਚ ਬੰਦ ਕਰਕੇ ਵੇਹੀਆਂ ਕਰਕੇ ਖਾਂਦੇ ਹਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਦਵਾਈਆਂ ਯਾਨੀ ਪ੍ਰੀਜ਼ਰਵੇਟਿਵਸ ਸਿਹਤ ਲਈ ਹਾਨੀਕਾਰਕ ਹਨ ਪਰ ਫਿਰ ਵੀ ਸਾਡੇ ਚੋਕੇ ਦੀਆਂ ਸ਼ੈਲਫਾਂ ਤੇ ਖਾਣੇ ਦੇ ਮੇਜ਼ ਡਾਈਨਿੰਗ ਟੇਬਲ ਇਨਾਂ ਰੰਗ ਬਿਰੰਗੇ ਮਨਮੋਹਣੇ ਲੇਬਲਾਂ ਵਾਲੇ ਡੱਬਿਆਂ ਤੇ ਬੋਤਲਾਂ ਨਾਲ ਸ਼ਿੰਗਾਰੇ ਹੁੰਦੇ ਹਨ ਅਸਲ ਵਿੱਚ ਇਹ ਸ਼ਿੰਗਾਰ ਅਥਵਾ ਫੈਸ਼ਨ ਪ੍ਰਸਤੀ ਸਾਡੀ ਸਿਹਤ ਲਈ ਹਾਨੀਕਾਰਕ ਹੈ ਦੂਜੇ ਪਾਸੇ انسان ਦੀਆਂ ਬਣਾਈਆਂ ਹੋਈਆਂ ਮਠਿਆਈਆਂ ਸਿਹਤ ਲਈ ਹਾਨੀਕਾਰਕ ਹਨ ਅਤੇ ਫਲ ਸਬਜ਼ੀਆਂ ਨਾਲੋਂ ਮਹਿੰਗੀਆਂ ਹਨ ਅਸੀਂ ਰਸਨਾ ਦੀ ਚੇਸ਼ਟਾ ਦੇ ਇਤਨੇ ਗੁਲਾਮ ਹੋ ਗਏ ਹਾਂ ਕਿ ਸਭ ਕੁਝ ਜਾਣਦੇ ਹਾਂ ਬੁੱਝਦੇ ਹਾਂ ਵੀ ਹਾਨੀਕਾਰਕ ਅਤੇ ਮਹਿੰਗੀਆਂ ਮਠਿਆਈ ਨੂੰ ਰੱਬੀ ਮਠਿਆਈ ਨਾ ਯਾਨੀ ਫਲ ਫਰੂਟ ਨਾਲੋਂ ਤਰਜੀਹ ਦਿੰਦੇ ਹਾਂ ਹਾਂਜੀ ਕੋਈ ਵੀ ਸਮਾਜਿਕ ਤਿਵਾਰ ਹੋਵੇ ਜਿਹੜੀ ਰੱਬੀ ਮਠਿਆਈ ਹੈ ਯਾਨੀ ਫਲ ਫਰੂਟ ਉਸ ਨਾਲੋਂ ਆਪਣੀਆਂ ਬਣਾਈਆਂ ਜਿਹੜੀਆਂ ਹਾਨੀਕਾਰਕ ਮਠਿਆਈਆਂ ਹਨ ਉਸ ਨੂੰ ਤਰਜੀਹ ਦਿੰਦੇ ਹਾਂ ਅਸੀਂ ਇਸ ਰਸਨਾ ਦੀ ਗੁਲਾਮੀ ਵਿੱਚ ਸਿਰਫ ਆਪ ਹੀ ਨਹੀਂ ਜਕੜੇ ਹੋਏ ਬਲਕਿ ਆਪਣੀ ਔਲਾਦ अथवा ਅਗਲੀ نسل ਨੂੰ ਵੀ ਇਹ ਰਸਨਾ ਦੀ ਚੇਸ਼ਟਾ ਯਾਨੀ ਗੁਲਾਮੀ ਸਿਖਾ ਰਹੇ ਹਾਂ ਇਹੋ ਕਾਰਨ ਹੈ ਕਿ ਸਾਡੀ ਸਿਹਤ ਤਬਾਹ ਹੋ ਰਹੀ ਹੈ ਤੇ ਅਸੀਂ अनेकाਆਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਹਾਂ ਆਰਥਿਕ ਤੌਰ ਤੇ ਸਾਡੇ ਹੱਥ ਵੀ ਤੰਗ ਹੀ ਰਹਿੰਦੇ ਹਨ ਜਿਸ ਕਾਰਨ ਸਾਨੂੰ ਵਾਧੂ ਆਮਦਨ ਲਈ ਰਿਸ਼ਵਤ ਖੋਰੀ ਆਦਿ ਦੇ ਨੀਵੇਂ ਹੱਥ ਖੰਡੇ ਵਰਤਣੇ ਪੈਂਦੇ ਹਨ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨਪੀੜ ਹੀ ਹੈ ਮਨ ਮੈਂ ਚਲੇ ਵਿਕਾਰ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਕਿਸਮ ਕਿਸਮ ਦੇ ਫੈਸ਼ਨਾਂ ਦਾ ਕੋਈ ਐਲਾਨ ਨਹੀਂ ਹੁੰਦਾ ਕੋਈ ਪ੍ਰਚਾਰ ਨਹੀਂ ਹੁੰਦਾ ਕੋਈ ਹੁਕਮ ਨਹੀਂ ਦਿੰਦਾ ਕੋਈ ਮਜਬੂਰੀ ਨਹੀਂ ਹੁੰਦੀ ਮਲੋ ਮਲੀ ਠੋਸੇ ਨਹੀਂ ਜਾਂਦੇ ਫਿਰ ਵੀ ਅਸੀਂ ਆਪ ਮੁਹਾਰੇ ਸਹਿ ਸੁਬਾਏ ਇਨ੍ਹਾਂ ਫੈਸ਼ਨਾਂ ਦੀ ਬੜੀ ਤਾਂਗ ਨਾਲ ਉਡੀਕ ਕਰਦੇ ਰਹਿੰਦੇ ਹਾਂ ਤੇ ਇਨ੍ਹਾਂ ਦੇ ਕਾਇਲ ਹੋ ਕੇ ਬੜੇ ਚਾਅ ਤੇ ਉਤਸ਼ਾਹ ਨਾਲ ਪੂਰਤੀ ਕਰਦੇ ਹਾਂ ਦੂਜੇ ਪਾਸੇ ਅਸੀਂ ਧਰਮ ਗੁਰੂ ਅਵਤਾਰ ਸੰਤਾਂ ਭਗਤਾਂ ਮਹਾਪੁਰਖਾਂ ਦੇ ਲਾਬਦਾਇਕ ਕਲਿਆਣਕਾਰੀ ਲੋਕ ਪਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਬੇਪਰਵਾਹੀ ਨਾਲ ਅਣ ਸੁਣਿਆ ਕਰ ਛੱਡਦੇ ਹਾਂ ਤੇ ਧਿਆਨ ਦੇਣ ਸਮਝਣ ਜਾਂ ਕਮਾਉਣ ਦੀ ਲੋੜ ਹੀ ਨਹੀਂ ਪਾਸਦੀ ਧਿਆਨ ਦੇਣਾ ਜੀ ਫੈਸ਼ਨ ਦਾ ਕੋਈ ਐਲਾਨ ਨਹੀਂ ਹੁੰਦਾ ਕੋਈ ਪ੍ਰਚਾਰ ਨਹੀਂ ਹੁੰਦਾ ਕੋਈ ਮਜਬੂਰੀ ਨਹੀਂ ਆਉਂਦੀ ਮਲੋ ਮਲੀ ਠੋਸੀ ਨਹੀਂ ਜਾਂਦੇ ਫਿਰ ਵੀ ਅਸੀਂ ਉਹਨਾਂ ਦੀ ਬੜੀ ਤਾਂਗ ਨਾਲ ਉਡੀਕ ਕਰਦੇ ਹਾਂ ਤੇ ਬੜੇ ਉਤਸ਼ਾਹ ਨਾਲ ਉਸ ਦੀ ਪੂਰਤੀ ਕਰਦੇ ਹਾਂ ਦੂਜੇ ਪਾਸੇ ਗੁਰੂ ਅਵਤਾਰ ਸੰਤਾਂ ਭਗਤਾਂ ਮਹਾਪੁਰਖਾਂ ਦੇ ਕਲਿਆਣਕਾਰੀ ਲੋਕ ਪਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਬੇਪਰਵਾਹੀ ਨਾਲ ਅਣ ਸੁਣਿਆ ਕਰ ਛੱਡਦੇ ਹਾਂ ਤੇ ਧਿਆਨ ਦੇਣ ਸਮਝਣ ਜਾਂ ਕਮਾਉਣ ਦੀ ਲੋੜ ਹੀ ਨਹੀਂ ਪਾਸ अफसोस की गल य है कि साढ़े बच्चे अथवा आने वाली पीढ़ी भी सहज सुबाए अनजाने बगैर किस प्रचार के देखा देखी ही ये फैशन प्रस्ती सीख रहे हैं तो फैशन के गुलाम बन रहे हैं हाँ जी अफसोस की गल यह है कि साढ़े बच्चे अथवा आने वाली पीढ़ी भी सहज सुबाए अनजाने बगैर किस प्रचार के देखा देखी ही ये फैशन प्रस्ती सीख रहे तो फैशन के गुलाम बढ़ रहे हैं ਇਹ ਬੇਲੋੜੀ ਫੈਸ਼ਨ ਪ੍ਰਸਤੀ ਅਤੇ ਹਾਨੀਕਾਰਕ ਰਸਾਂ ਕਸਾਂ ਦੀ ਚੇਸ਼ਟਾ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਇਹ ਫੈਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਤਸਵਸ ਰਸ ਚੁੱਕਿਆ ਹੈ ਅਤੇ ਫੈਸ਼ਨ ਪ੍ਰਸਤੀ ਸਾਡਾ ਧਰਮ ਬਣ ਚੁੱਕੀ ਹੈ ਜਿਸ ਨੂੰ ਅਸੀਂ ਬੜੇ ਚਾਅ ਉਤਸ਼ਾਹ ਤੇ ਸ਼ਰਧਾ ਭਾਵਨੀ ਨਾਲ ਮੰਨਣ ਜਾਂ ਕਮਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਤੇ ਜਿਸ ਦੀ ਪੂਰਤੀ ਲਈ ਸਾਡਾ ਬਹੁਤ ਸਾਰਾ ਸਮਾਂ ਬੁੱਧੀ ਧਿਆਨ ਮਿਹਨਤ चाओ ध्यान श्रद्धा भावनी प्यारब की भगती करिए इस मायकी भाव सागर तो आत्मक कल्याण हो सकती है वागुरु जी का खालसा वाहगुरू जी की